ਜੀ ਮਹਾਰਾਜ ਦਾ ਇੱਕ ਸਥਾਨ ਸੀ ਜਿੱਥੇ ਦਿੱਲੀ ਵਿੱਚ ਜਿੱਥੇ ਪੁਲਿਸ ਨੇ ਉਹਨੂੰ ਡਿਮੋਲਿਸ਼ ਕਰ ਦਿੱਤਾ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ। ਅੱਜ ਅਸੀਂ ਐਲ ਜੀ ਸਾਹਿਬ ਨੂੰ ਮਿਲੇ ਹਾਂ, ਸਾਰੀ ਡੈਲੀਗੇਸ਼ਨ ਗਈ ਹੈ ਉਹਨਾਂ ਨੂੰ ਰਿਕੁਐਸਟ ਕਰਨ ਵਾਸਤੇ ਕਿ ਆਹ ਬੜਾ ਸੈਂਸਿਟਿਵ ਇਸ਼ੂ ਹੈ, ਬੜੇ ਪੁਰਾਣਾ ਸਥਾਨ ਜਿਹਦੇ ਬੜੇ ਇਮੋਸ਼ਨਸ ਜੁੜੇ ਆ ਸਥਾਨ ਨਾਲ, ਅਤੇ ਅਸੀਂ ਰਿਕੁਐਸਟ ਕੀਤਾ ਕਿ ਇਹਦੇ ਇਮੀਡੀਏਟਲੀ ਕੋਈ ਸਲੂਸ਼ਨ ਲੱਭਿਆ ਜਾਏ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਐਲ ਜੀ ਸਾਹਿਬ ਨੇ ਬੜਾ ਪੋਜ਼ਿਟਿਵ ਰਿਸਪੋਂਸ ਕਿਹਾ ਜੀ ਮੈਂ ਕੱਲ੍ਹ ਹੀ ਮੀਟਿੰਗ ਸੱਦਾਂਗਾ ਅਤੇ ਜੋ ਹੱਲ ਹੋ ਸਕਦਾ ਮੈਂ ਕੋਸ਼ਿਸ਼ ਕਰਾਂਗਾ ਹੱਲ ਕਰਨ। ਕਾਂਗਰਸ ਨੂੰ ਮੈਂ ਬੇਨਤੀ ਕਰਨਾ ਚਾਹੀਦਾ ਕਿਉਂਕਿ ਇਹ ਬੜਾ ਇਮੋਸ਼ਨਲ ਇਸ਼ੂ ਹੈ, ਪੋਲੀਟਾਈਜ਼ ਪੋਲੀਟਿਕਸ ਨਹੀਂ ਕਰਨੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਸਲੂਸ਼ਨ। ਇਸੀ ਲਈ ਜਦੋਂ ਸਾਡੇ ਐੱਮ ਐੱਲ ਏ ਸਾਹਿਬ ਪੰਜਾਬ ਤੋਂ ਆਏ ਅਸੀਂ ਇਮੀਡੀਏਟਲੀ ਗਵਰਨਰ ਸਾਹਿਬ ਲੈਫਟਨੈਂਟ ਗਵਰਨਰ ਸਾਹਿਬ ਨਾਲ ਅਸੀਂ ਅਪੁਆਇੰਟਮੈਂਟ ਲਿੱਤੀ ਅਤੇ ਇੱਥੇ ਆਏ ਹਾਂ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਗਵਰਨਰ ਸਾਹਿਬ ਵੀ ਆਪ ਬੜੇ ਪੋਜ਼ਿਟਿਵ ਹੈ ਕਿ ਕੋਈ ਨਾ ਕੋਈ ਹੱਲ ਜ਼ਰੂਰ ਲੱਭਾਂਗੇ। ਕੱਲ੍ਹ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਐੱਲ ਜੀ ਸਾਹਿਬ ਦੀ, ਆਪਣੇ ਅਰਬਨ ਮਿਨਿਸਟਰ ਸਾਹਿਬ ਨਾਲ ਹੋਰ ਮੀਟਿੰਗ ਆਪ ਕਰਨਗੇ, ਮੀਟਿੰਗ ਕਰਨਗੇ। ਪਰ ਆਹ ਜਿਹੜੇ ਇਸ਼ੂ ਹੈ 2011 ਤੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ, ਇਸ ਕਰਕੇ ਕਾਂਗਰਸ ਨੂੰ ਇਸ ਇਹਦੇ 'ਚ ਅਤੇ ਸਾਰੀ ਪ੍ਰੋਬਲਮ ਹੀ ਉਦੋਂ ਸ਼ੁਰੂ ਹੋਈ ਸੀ ਕਾਂਗਰਸ ਦੇ ਟਾਈਮ 'ਚ ਜਦੋਂ ਇਹਨਾਂ ਦੀ ਕਾਂਗਰਸ ਸਰਕਾਰ ਸੀ। ਇਸ ਕਰਕੇ ਪਰ ਮੈਂ ਇਹਨੂੰ ਪੋਲੀਟਿਸਾਈਜ਼ ਨਹੀਂ ਕਰਨਾ ਚਾਹੁੰਦਾ, ਆਪਾਂ ਨੂੰ ਹੱਲ ਲੱਭਣਾ ਚਾਹੀਦਾ।